ਹਾਂ ਮੁੰਦਲ ਕੀ ਹੋਇਆ ਅੱਜ ਫਿਰ ਨਾਰਾਜ਼ ਹੋ ਗਿਆ ਅੰਮੀ ਤੇਰੀ ਆ ਸੀ ਭੈਣ ਵੇਖੋ, 3 ਦਿਨਾਂ ਬਾਅਦ ਮੈਂ ਘਰ ਆਇਆ, 700 ਰੁਪਈਆ ਲਿਆ ਕੇ ਦਿੱਤਾ ਹੁਣ ਅੰਮੀ। ਮੈਂ ਕਿਹਾ ਬਿਰਿਆਨੀ ਪਕਾਓ, ਦਿਲ ਕਰਦਾ ਛੋਟੇ ਭਰਾ ਦਾ ਕੀ ਅੱਗ ਬੰਦ, ਸਾਰੀਆਂ ਬੋਟੀਆਂ ਖਾ ਲਿਆ ਬਿਰਿਆਨੀ 'ਚ, ਮੇਰਾ ਨਹੀਂ ਦਿਲ ਕਰਦਾ ਮੈਂ ਬੋਟੀਆਂ ਖਾਵਾਂ, ਮੈਂ ਸਾਰੀ ਰਾਤ ਨਹੀਂ ਸੁੱਤਾ, ਨਾ ਮੈਂ ਰੋਜ਼ਾ ਰੱਖਿਆ, ਉਹਦਾ ਕੀ ਅੱਗ ਬੰਦ ਆ ਜੀ ਬੋਟੀਆਂ ਖਾਣ ਦਾ। ਯਾਰ ਤੇਰਾ ਭਰਾ ਛੋਟਾ ਫਿਰ ਕੀ ਹੋਇਆ? ਭਾਣੇ ਭਾਵੇਂ ਭਰਾ ਤੇ ਆਪਣੇ ਘਰ ਹੋਏਗਾ, ਮੈਂ ਨਾ ਉਹਨੂੰ ਘਰ ਰੱਖਣਾ, ਮੇਰਾ ਦਿਲ ਬੜਾ ਆਵਾਜ਼ਾਰ ਹੋਇਆ ਉਹਦੇ ਤੋਂ, ਕਦੀ ਮੇਰੀ ਜਨਾਨੀ ਨੂੰ ਮਾਰਦਾ, ਮੈਂ ਉਹਨੂੰ ਅੱਜ ਛੁਰੀਆਂ ਮਾਰ ਦੇਣੀਆਂ, ਮਕਾਨ ਵੀ ਵੇਚ ਦੇਣਾ, ਜਿੰਨਾ ਕੁ ਮੈਂ ਤੇ ਉਹ ਜ਼ਲੀਲ ਹੋਇਆ ਮੈਨੂੰ ਪਤਾ, ਸਾਰੀ ਰਾਤ ਨਹੀਂ ਮੈਂ ਸੁੱਤਾ। ਚੱਲ ਬਸ ਰੋ ਤੇ ਨਾ ਯਾਰ, ਭਰਾ ਤੇਰਾ ਛੋਟਾ ਸੀ ਫਿਰ ਕੀ ਹੋਇਆ? ਮੈਂ ਨਹੀਂ ਰੋਂਦਾ ਭੈਣ, ਮੈਂ ਅੰਦਰੋਂ ਦਿਲ ਰੋਂਦਾ, 3 ਦਿਨ ਮੈਂ ਧੁੱਪੇ ਸੜ ਸੜ ਕੇ ਜ਼ਲੀਲ ਹੋ ਕੇ ਪੈਸੇ ਲਿਆ ਕੇ ਦਿੱਤੇ ਨੇ, ਮੈਂ ਕਿਹਾ ਚਲੋ ਮੈਂ ਵੀ ਲੱਗ ਖਾ ਲਾ, ਮੇਰਾ ਨਹੀਂ ਦਿਲ ਕਰਦਾ, ਸਾਰੀਆਂ ਬੋਟੀਆਂ ਖਾ ਛੱਡੀਆਂ, ਉਹ ਲੋਕਾਂ ਨੂੰ ਜਾ ਕੇ ਆਉਂਦੇ ਫਿਰਦੇ ਨੇ ਸੁਲਾਹ ਕਰਾ ਦੇ, ਮੈਂ ਨਹੀਂ ਸੁਲਾਹ ਕਰਨੀ, ਨਾ ਮੈਂ ਘਰ ਜਾਣਾ ਤੇ ਨਾ ਮੈਂ ਸੁਲਾਹ ਕਰਨੀ ਹੈ। ਬਸ ਯਾ ਹੋ ਰਵੇਗਾ ਘਰ ਤੇ ਯਾ ਮੈਂ ਘਰ ਆਵਾਂਗਾ। ਹੈਲੋ, ਨਹੀਂ ਮੈਂ ਨਹੀਂ ਘਰ ਆਉਣਾ, ਬਸ ਗੱਲ ਖਤਮ, ਜਾਂ ਹੋਰ ਉਹਨੂੰ ਰੱਖੋ ਘਰ, ਜਾਂ ਮੈਂ ਰਹਿਣਾ ਜੇ, ਮੈਂ ਨਹੀਂ, ਮਕਾਨ ਵੇਚ ਛੱਡੋ ਮੇਰੇ ਵੱਲੋਂ, ਮੈਂ ਨਹੀਂ, ਮੇਰੇ ਹੁਣ ਮੇਰੀਆਂ ਆਪਣੇ ਕੱਦ ਬੋਟੀਆਂ ਖਾਧੀਆਂ ਨੇ। ਤਿੰਨ ਦਿਨ ਜ਼ਲੀਲ ਹੋ ਗਏ, ਧੁੱਪੇ 'ਚ ਰਕਸ਼ਾ ਚਲਾ ਚਲਾ ਕੇ ਮੈਂ ਪੈਸੇ ਇਕੱਠੇ ਕੀਤੇ ਨੇ, 400 ਰੁਪਏ ਕਿਲੋ ਮੁਰਗਾ ਲਿਆਂਦਾ, ਕਿਉਂ ਉਹਨੇ ਬੋਟੀਆਂ ਖਾਧੀਆਂ ਨੇ? ਚਲ ਬਸ ਬਸ ਮੇਰਾ ਭਰਾ, ਕੁਛ ਨਹੀਂ ਹੁੰਦਾ, ਬਸ ਕਰ ਉਹਨਾਂ ਨੂੰ।